ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪੂਜਾ ਸਿੰਘ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਭਾਈ ਬੀਰ ਸਿੰਘ ਜੀ ਬਾਰੇ ਪੜਾਂਗੇ ਜੋ ਆਧੁਨਿਕ ਕਾਵ ਦੇ ਕੀ ਨੇ ਪਿਤਾਮਾ ਨੇ ਤੇ ਆਪਾਂ ਇਹਨਾਂ ਬਾਰੇ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਹੈ ਭਾਈ ਬੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ ਕਹਿੰਦੇ ਕਦੋਂ ਜਨਮ ਹੋਇਆ ਆਪਸ਼ਨ ਕੀ ਆ 5 ਦਸੰਬਰ 1872 ਈਸਵੀ 9 ਨਵੰਬਰ 1783 ਈਸਵੀ 7 ਜਨਵਰੀ 1530 ਈਸਵੀ 9 ਫਰਵਰੀ 1546 ਈਸਵੀ ਤਾਂ ਆਪਣੀ ਰਾਈਟ ਆਪਸ਼ਨ ਕੀ ਹੋਏਗੀ 5 ਦਸੰਬਰ 1872 ਨੂੰ ਕਿਹਦਾ ਜਨਮ ਹੋਇਆ ਪਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਨੈਕਸਟ ਕੁਐਸਚਨ ਦੇ ਮੂਵ ਕਰਦੇ ਆ ਪਾਈ ਵੀਰ ਸਿੰਘ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਾਈ ਵੀਰ ਸਿੰਘ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਦੇਖੋ ਆਪਸ਼ਨ ਕੀ ਆ ਚਰਨ ਸਿੰਘ ਅਤੇ ਉੱਤਮਕੌਰ ਚਰਨ ਸਿੰਘ ਅਤੇ ਲక్ష్ਮੀ ਉੱਤਮ ਸਿੰਘ ਅਤੇ ਲక్ష్ਮੀ ਇਹਨਾਂ ਚੋਂ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕੀ ਹੋਏਗੀ ਆਪਣੀ ਤਾਂ ਰਾਈਟ ਆਪਸ਼ਨ ਆਪਣੀ ਹੈ ਏ ਚਰਨ ਸਿੰਘ ਅਤੇ ਉੱਤਮਕੌਰ ਦੇਖੋ ਮਾਤਾ ਪਿਤਾ ਚੋਂ ਵੀ ਕੁਸ਼ਨ ਆਏ ਹੋਏ ਆ ਪਿਛਲੀ ਵਾਰ ਸੁਤਿਆਨ ਦੇ ਨਾ ਇਹਨਾਂ ਚੀਜ਼ਾਂ ਬਾਰੇ ਉਸ ਤੋਂ ਬਾਅਦ ਕਿ ਆਧੁਨਿਕ ਕਵਿਤਾ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਆਧੁਨਿਕ ਕਵਿਤਾ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ অপਸ਼ਨ ਹੈ ਭਗਤ ਪੂਰਨ ਸਿੰਘ ਨੂੰ ਤਨੀਰਾਮ ਚਾਤਰਿਕ ਨੂੰ ਪਾਈ ਵੀਰ ਸਿੰਘ ਇਹਨਾਂ ਚੋਂ ਕੋਈ ਵੀ ਨਹੀਂ ਤਾਂ ਰਾਈਟ অপਸ਼ਨ ਕੀ ਆ ਪਾਈ ਵੀਰ ਸਿੰਘ ਜੀ ਰਾਈਟ অপਸ਼ਨ ਸੀ ਨੈਕਸਟ ਦੇਖੋ ਪੰਜਾਬੀ ਸਾਹਿਤ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਕਿ ਤਨੀਰਾਮ ਚਾਤਰਿਕ ਪਾਈ ਵੀਰ ਸਿੰਘ ਪੂਰਨ ਸਿੰਘ ਇਹਨਾਂ ਚੋਂ ਕੋਈ ਵੀ ਨਹੀਂ ਤਾਂ ਰਾਈਟ অপਸ਼ਨ ਕੀ ਹੋਏਗੀ ਪਾਈ ਵੀਰ ਸਿੰਘ ਰਾਈਟ ਆਪਸ਼ਨ ਕੀ ਹੈ ਪਾਈ ਵੀਰ ਸਿੰਘ ਨੈਕਸਟ ਕੁਐਸਚਨ ਦੇਖੋ ਪਾਈ ਵੀਰ ਸਿੰਘ ਨੂੰ ਬੀਮੀ ਸਦੀ ਦਾ ਕੀ ਮੰਨਿਆ ਜਾਂਦਾ ਹੈ ਦੇਖੋ ਆਪਸ਼ਨ ਹੈ ਭਗਤ ਕਵੀ ਬਾਬਾ ਫਰੀਦ ਪਾਈ ਗੁਰਦਾਸ ਇਹ ਸਾਰੇ ਤਾਂ ਰਾਈਟ ਆਪਸ਼ਨ ਕੀ ਹੈ ਦੇਖੋ ਮੈਂ ਤੁਹਾਨੂੰ ਦੱਸੇ ਸੀ ਜਦੋਂ ਇਹ ਸਾਰੇ ਲਿਖਿਆ ਹੁੰਦਾ ਤਾਂ ਤੁਸੀਂ 90% ਪਰ ਬਹੁਤ ਆਦਰ 10% ਆਫ ਦਾ ਬ੍ਰੇਨ ਜ਼ਰੂਰ ਚਲਾਉਣਾ ਤੇ ਇਹਨਾਂ ਨੂੰ ਕੀ ਬੀਮੀ ਸਦੀ ਦਾ ਕੀ ਮੰਨਿਆ ਜਾਂਦਾ ਪਾਈ ਗੁਰਦਾਸ ਪਾਈ ਗੁਰਦਾਸ ਜੀ ਅੱਗੇ ਦੇਖੋ ਪਾਈ ਵੀਰ ਸਿੰਘ ਦੀ ਤੁਲਨਾ ਪੱਛਮ ਦੇ ਕਿਸ ਲੇਖਕ ਨਾਲ ਕੀਤੀ ਦੀ ਜਾਂਦੀ ਹੈ ਪੱਛਮ ਮਤਲਬ ਵੈਸਟਰਨ ਜਿਹੜੇ ਵੈਸਟਰਨ ਦੇ ਕੋਈ ਵੀ ਰਾਈਟਰ ਹੈ ਉਹਨਾਂ ਦੀ ਮਤਲਬ ਜਿਹੜੇ ਉਹ ਰਾਈਟਰ ਹੈ ਉਹ ਕਿਹੜੇ ਰਾਈਟਰ ਨਾਲ ਤੁਲਨਾ ਕੀਤੀ ਹੈ অপਸ਼ਨ ਹੈ ਵੋਲਟ ਵਿਟਮਨ ਵਿਲੀਅਮ ਵੁਡਸਵਰਥ ਜੋਸਫ ਰੌਕਸ ਤੇ ਮਾਰਸ਼ਲ ਰਾਈਟ ਆਪਸ਼ਨ ਕੀ ਹੈ ਵਿਲੀਅਮ ਵੁਡਸਵਰਥ ਕਿਹਦੇ ਨਾਲ ਕੀਤੀ ਜਾਂਦੀ ਹੈ ਵਿਲੀਅਮ ਵੁਡਸਵਰਥ ਨਾਲ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਆ ਪਾਈ ਵੀਰ ਸਿੰਘ ਜੀ ਕਿੰਨੀ ਤੱਕ ਪੜਾਈ ਕੀਤੀ ਹੋਈ ਹੈ ਮਤਲਬ ਕਿੰਨੀ ਪੜਾਈ ਕੀਤੀ ਹੋਈ ਹੈ ਤਾਂ অপশন ਹੈ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ 12ਵੀਂ 10ਵੀਂ ਤਾਂ ਰਾਈਟ অপশন ਕੀ ਹੈ 10ਵੀਂ ਉਹਨਾਂ ਨੇ میٹرਿਕ ਤੱਕ ਪੜੇ ਹੋਏ ਨੇ ਪਾਈ ਵੀਰ ਸਿੰਘ ਜੀ ਅੱਗੇ ਦੇਖੋ ਪਾਈ ਵੀਰ ਸਿੰਘ ਨੂੰ ਪਦਮ ਪੂਸ਼ਣ ਕਦੋਂ ਮਿਲਿਆ ਪਾਈ ਵੀਰ ਸਿੰਘ ਨੂੰ ਪਦਮ ਪੂਸ਼ਣ ਕਦੋਂ ਮਿਲਿਆ ਰਾਈਟ অপਸ਼ਨ ਕੀ ਹੋਏਗੀ ਦੇਖੋ অপশন ਦੇਖੋ 1955 1956 1957 1958 ਰਾਈਟ অপਸ਼ਨ ਕੀ ਹੈ ਵੇਖੋ ਤਾਂ ਆਪਣੀ ਰਾਈਟ ਆਪਸ਼ਨ ਕੀ 1956 ਦੇ ਵਿੱਚ ਮਿਲਿਆ ਰਾਈਟ ਆਪਸ਼ਨ 1956 ਨੈਕਸਟ ਕੁਐਸਚਨ ਦੇਖੋ ਪਾਈ ਵੀਰ ਸਿੰਘ ਨੇ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕਦੋਂ ਕੀਤੀ ਪਾਈ ਵੀਰ ਸਿੰਘ ਜੀ ਨੇ ਹਿੰਦ ਪ੍ਰੈਸ ਦੀ ਸਥਾਪਨਾ ਕਦੋਂ ਕੀਤੀ ਰਾਈਟ ਆਪਸ਼ਨ ਕੀ ਹੋਏਗੀ ਦੇਖੋ ਆਪਸ਼ਨ ਕੀ ਕੀ ਹੈ 1891 1892 1803 ਅਨਜਾਇਨ ਵਿੱਚ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕੀ 1892 ਰਾਈਟ ਆਪਸ਼ਨ ਕੀ 1892 ਨੈਕਸਟ ਦੇਖੋ ਪਾਈ ਵੀਰ ਸਿੰਘ ਜੀ ਸਾਹਿਤ ਸਦਨ ਦੀ ਸਥਾਪਨਾ ਕਿੱਥੇ ਕੀਤੀ ਗਈ ਪਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ ਕਿੱਥੇ ਕੀਤੀ ਗਈ ਕਿੱਥੇ ਕੀਤੀ ਗਈ ਹੈ অপਸ਼ਨ ਹੈ ਹਰਿਆਣਾ ਦਿੱਲੀ ਪਟਿਆਲਾ ਅੰਮ੍ਰਿਤਸਰ ਤਾਂ ਰਾਈਟ অপਸ਼ਨ ਕੀ ਹੈ ਦਿੱਲੀ ਕਿੱਥੇ ਕੀਤੀ ਗਈ ਹੈ ਦਿੱਲੀ ਦੇ ਵਿੱਚ ਕੀਤੀ ਗਈ ਹੈ ਪਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ ਪਾਈ ਵੀਰ ਸਿੰਘ ਦੀ ਸਾਹਿਤ ਸਦਨ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ ਤਾਂ অপਸ਼ਨ ਕਿ ਹੈ ਚਰਨ ਸਿੰਘ ਵੀ ਵੀ ਗਿਰੀ ਸਰਦਾਰ ਪਟੇਲ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ অপਸ਼ਨ ਕਿ ਹੈ ਵੀ ਵੀ ਗਿਰੀ ਨੇ ਇਹ ਕਿਰਕਸੀ ਨਹੀਂ ਪੱਥਰ ਰੱਖਿਆ ਸੀ ਨੈਕਸਟ ਆਪਸ਼ਨ ਕੀ ਹੈ ਪਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ ਕਦੋਂ ਕੀਤੀ ਗਈ ਕਦੋਂ ਕੀਤੀ ਗਈ ਹੈ ਆਪਸ਼ਨ ਕੀ ਕੀ ਹੈ ਵੇਖੋ 1872 1982 1991 ਇਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕੀ ਹੈ 1972 ਦੇ ਵਿੱਚ ਕੀਤੀ ਗਈ ਸੀ 1972 ਦੇ ਵਿੱਚ ਨੈਕਸਟ ਕੁਐਸਚਨ ਦੇਖੋ ਪਾਈ ਵੀਰ ਸਿੰਘ ਨੇ ਕਿਹੜਾ ਮਹਕਾਵਿ ਲਿਖਿਆ ਸੀ ਆਪਸ਼ਨ ਹੈ ਗੁਰੂ ਨਾਨਕ ਚਮਤਕਾਰ ਰਾਜਾ ਲਗਦਾਤਾ ਸਿੰਘ ਰਾਣਾ ਸੂਰਤ ਤੇ ਲੂਣਾ ਇਹਦੇ ਵਿੱਚ ਆਪਸ਼ਨ ਕੀ ਸਹੀ ਹੈ ਰਾਣਾ ਸੂਰਤ ਸਿੰਘ ਇਹ ਉਹਨਾਂ ਨੇ ਕੀ ਲਿਖਿਆ ਸੀ ਮਹਾਕਾਵ ਭਾਈ ਵੀਰ ਸਿੰਘ ਨੇ ਮਹਾਕਾਵ ਦੀ ਰਚਨਾ ਕਦੋਂ ਕੀਤੀ ਕਦੋਂ ਕੀਤੀ ਸੀਗੀ ਆਪਸ਼ਨ ਕੀ ਹੈ 1904 1905 1919 1920 ਤਾਂ ਰਾਈਟ ਆਪਸ਼ਨ ਕੀ ਹੈ 1905 ਰਾਈਟ ਆਪਸ਼ਨ ਕੀ ਹੈ 1905 ਨੈਕਸਟ ਕੁਐਸਚਨ ਆ ਭਾਈ ਵੀਰ ਸਿੰਘ ਦੀ ਪ੍ਰਸਿੱਧ ਰਚਨਾ ਕਿਹੜੀਆਂ ਹਨ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ ਰਾਣਾ ਸੂਰਤ ਸਿੰਘ ਮਟਕੁਲਾਰੇ ਮੇਰੇ ਸਾਈਆਂ ਜੀਓ ਜੋ ਉਪਰੋਕਤ ਸਾਰੇ ਤਾਂ ਦੇਖੋ ਜਿਹੜੀ ਰਾਣਾ ਸੂਰਤ ਹੈ ਮਟਕੁਲਾਰੇ ਮੇਰੇ ਸਾਈਆਂ ਸਾਰੀਆਂ ਰਚਨਾਵਾਂ ਹੀ ਕਿੰਨਾਂ ਦੀਆਂ ਨੇ ਭਾਈ ਵੀਰ ਸਿੰਘ ਦੀਆਂ ਤਾਂ ਰਾਈਟ ਆਪਸ਼ਨ ਕੀ ਆ ਜੇਗੀ ਡੀ ਉਪਰੋਕਤ ਸਾਰੇ ਕੀ ਨੇ ਪ੍ਰਸਿੱਧ ਰਚਨਾਵਾਂ ਨੇ ਕਮਦੀ ਕਲਾਈ ਕਿਸ ਤਰ੍ਹਾਂ ਦੀ ਕਵਿਤਾ ਹੈ ਦੇਖੋ ਆਪਸ਼ਨ ਕੇ ਰਸਵਾਦੀ ਹੈ ਰੋਮਾਂਸਵਾਦੀ ਹੈ ਜਾਂ ਪ੍ਰਗਤੀਵਾਦੀ ਹੈ ਇਹਨਾਂ ਚ ਕੋਈ ਵੀ ਨਹੀਂ ਹੁਣ ਦੇਖੋ ਕਮਦੀ ਕਲਾਈ ਜਿਹੜਾ ਹੈਗਾ ਤੁਸੀਂ ਕੀ ਹੈ ਸੋਚ ਕੇ ਕੀ ਲਗਾਇਓਗੇ ਰੋਮਾਂਸਵਾਦੀ ਪਰ ਇਹ ਕੀ ਹੈ ਰਸਵਾਦੀ ਕਵਿਤਾ ਹੈ ਇਹ ਕੀ ਰਸਵਾਦੀ ਕਵਿਤਾ ਨੈਕਸਟ ਦੇਖੋ ਭਾਈ ਵੀਰ ਸਿੰਘ ਨੂੰ ਛੂੜਮਣੀ ਕਿਸ ਨੇ ਕਿਹਾ ਹੈ অপਸ਼ਨ ਕੀ ਹੈ ਨੰਦ ਲਾਲ ਪੁਰੀ surjit patar puran singh tani ram chatri ਤਾਂ ਰਾਈਟ অপਸ਼ਨ ਕੀ ਹੈ ਪੂਰਨ ਸਿੰਘ ਨੇ ਕੀ ਕਿਹਾ ਛੂੜਮਣੀ ਭਾਈ ਵੀਰ ਸਿੰਘ ਜੀ ਨੂੰ ਕੀ ਕਿਹਾ ਛੂੜਮਣੀ ਅੱਗੇ ਦੇਖੋ ਭਾਈ ਵੀਰ ਸਿੰਘ ਨੂੰ ਮੁਕਤਮਣੀ ਕਿਸ ਨੇ ਕਿਹਾ ਹੈ ਜਿਵੇਂ ਇੱਕ ਦੂਜੇ ਰਾਈਟਰ ਨੂੰ ਇੱਕ ਖਿਤਾਬ ਦੇਣਾ ਉਹ ਚੀਜ਼ ਹੈ অপਸ਼ਨ ਕੀ ਹੈ ਨੰਦ ਲਾਲ ਪੁਰੀ surjit patar tani ram puran singh ਤਾਂ ਰਾਈਟ অপਸ਼ਨ ਕੀ ਹੋਏਗੀ ਆਪਣੀ ਤਨੀ RAM ਕੀ ਹੋਏਗਾ ਤਨੀਰਾਮ ਨੈਕਸਟ ਦੇਖੋ ਪਾਈ ਵੀਰ ਸਿੰਘ ਨੇ ਆਪਣੀ ਕਵਿਤਾ ਨੂੰ ਕਿਸ ਨਾਲ ਜੋੜਿਆ ਸਿੱਖ ਧਰਮ ਨਾਲ ਜੋੜਿਆ ਜਾਂ ਗੁਰਮਤ ਨਾਲ ਜਾਂ A ਅਤੇ B ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕਿ ਹੈ ਸਿੱਖ ਧਰਮ ਤੇ ਗੁਰਮਤ ਦੋਨਾਂ ਨਾਲ ਹੀ ਜੋੜਿਆ ਤਾਂ ਰਾਈਟ ਆਪਸ਼ਨ ਕੀ ਹੈ ਸੀ ਅੱਗੇ ਦੇਖੋ ਪਾਈ ਵੀਰ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ ਦੇਖੋ ਆਪਸ਼ਨ ਕੀ ਹੈ ਮੇਰੇ ਸਾਈਆਂ ਜੀਓ ਵਿਜੇ ਸਿੰਘ ਸੁੰਦਰੀ ਰਾਣਾ ਸੁਰਤ ਰਾਈਟ ਆਪਸ਼ਨ ਕਿ ਸੁੰਦਰੀ ਸੁੰਦਰੀ ਉਹਨਾਂ ਦਾ ਪਹਿਲਾ ਨਾਵਲ ਸੀ ਅੱਗੇ ਦੇਖੋ ਸੁੰਦਰੀ ਦਾ ਪ੍ਰਕਾਸ਼ਨ ਕਦੋਂ ਹੋਇਆ ਸੁੰਦਰੀ ਦਾ ਪ੍ਰਕਾਸ਼ਨ ਕਦੋਂ ਹੋਇਆ 1888 1898 1890 1900 ਦਾ ਰਾਈਟ ਆਪਸ਼ਨ ਕੀ ਹੈ 1898 1898 ਦੇ ਵਿੱਚ ਇਹਦਾ ਪ੍ਰਕਾਸ਼ਨ ਹੋਇਆ ਨੈਕਸਟ ਦੇਖੋ ਪਾਈ ਵੀਰ ਸਿੰਘ ਨੇ ਕਿਹੜਾ ਛੰਦ ਘੜਿਆ ਤੁਰਿਆਈ ਨਿਸ਼ਾਨੀ ਬੈਂਤ ਜੈਨਾ ਵਿੱਚੋਂ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕੀ ਹੈ ਤੁਰਿਆਈ ਕਿਹੜਾ ਛੰਦ ਘੜਿਆ ਤੁਰਿਆਈ ਨੈਕਸਟ ਦੇਖੋ ਪਾਈ ਵੀਰ ਸਿੰਘ ਨੂੰ ਕਿਸ ਪੁਸਤਕ ਪੁਸਤਕ ਤੇ ਸਾਹਿਤ ਅਕਾਦਮੀ ਦਿੱਲੀ ਵੱਲੋਂ ਔਰਡ ਮਿਲਿਆ ਕਿਹੜੀ ਬੁੱਕ ਸੀਗੀ ਆਪਸ਼ਨ ਕੀ ਆ ਵਿਜੇ ਸਿੰਘ ਮੇਰੇ ਸਾਈਆ ਜੀ ਉਹ ਰਾਣਾ ਸੁਰਤ ਮਟ ਖੁਲਾਰੇ ਤਾਂ ਕੀ ਕਿਹੜੀ ਬੁੱਕ ਤੇ ਮਿਲਿਆ ਸੀਗਾ ਆਪਸ਼ਨ ਨਾਲ ਹੀ ਜਾਣਾ ਹੁੰਦਾ ਹੈ ਆਪਾਂ ਮੇਰੇ ਸਾਈਆ ਜੀ ਉਹ ਕਿਤੇ ਮਿਲਿਆ ਸੀ ਮੇਰਾ ਮੇਰੇ ਸਾਈਆ ਜੀ ਉਹ ਅੱਗੇ ਦੇਖੋ ਪਾਈਵੀਰ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਕਦੋਂ ਮਿਲਿਆ ਸੀ ਦੇਖੋ ਆਪਸ਼ਨ ਦੇਖੋ 1954 1955 1956 ਤਾਂ ਰਾਈਟ ਆਪਸ਼ਨ ਕੀ ਹੋਏਗੀ ਆਪਣੀ 1954 ਰਾਈਟ ਆਪਸ਼ਨ ਕੀ ਹੋਏਗੀ ਰਾਈਟ ਆਪਸ਼ਨ ਨਾਲ ਹੀ ਜਾਣਾ ਹੁੰਦਾ ਰਾਈਟ ਆਪਸ਼ਨ ਆਪਣੀ ਕੀ 1955 ਰਾਈਟ ਆਪਸ਼ਨ 1955 ਬਿਲਕੁਲ ਸਹੀ ਹੈ ਅੱਗੇ ਦੇਖੋ ਕਹਿੰਦੇ ਪਾਈ ਵੀਰ ਸਿੰਘ ਜੀ ਨੇ ਟੁਕੜੀ ਜਗਤੋ ਨਿਆਰੀ ਵਿੱਚ ਕਿੱਥੋਂ ਦੀ ਸੁੰਦਰਤਾ ਬਿਆਨ ਕੀਤੀ ਹੈ ਦੇਖੋ ਜਿਹੜੀ ਟੁਕੜੀ ਜਗਤੋ ਨਿਆਰੀ ਉਹ ਕਿ ਕਵਿਤਾ ਉਹਦੇ ਵਿੱਚ ਕਿੱਥੋਂ ਦੀ ਸੁੰਦਰਤਾ ਬਿਆਨ ਕੀਤੀ ਹੈ ਆਪਸ਼ਨ ਕਿ ਸ਼ਿਮਲਾ ਆਗਰਾ ਕਸ਼ਮੀਰ ਜਾਂ ਦੁਨੀਆ ਕਿਦੀ ਹੈ ਕਸ਼ਮੀਰ ਦੀ ਕਾਦੀ ਤਾਰੀਫ ਕੀਤੀ ਹੋਈ ਹੈ ਕਸ਼ਮੀਰ ਦੀ ਸੁੰਦਰਤਾ ਦੀ ਅੱਗੇ ਦੇਖੋ ਪੀ ਵੀ ਸਿੰਘ ਨੂੰ ਡੀਲਿਟ ਦੀ ਮਨਾਰਥ ਡਿਗਰੀ ਨਾਲ ਕਿੰਨਾ ਵੱਲੋਂ ਸਨਮਾਨਿਆ ਗਿਆ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਏ ਅਤੇ ਬੀ ਇਹਨਾਂ ਚ ਕੋਈ ਵੀ ਨਹੀਂ ਤਾਂ ਰਾਈਟ ਆਪਸ਼ਨ ਕੀ ਹੈ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਹੜੀ ਚੰਡੀਗੜ੍ਹ ਦੀ ਯੂਨੀਵਰਸਿਟੀ ਹੈ ਉਹਨਾਂ ਨੇ ਡੀਲਿਟ ਦੀ ਮਨਾਰਥ ਡਿਗਰੀ ਦਿੱਤੀ ਸੀ ਤ੍ਰੇਲ ਤਪਕੇ ਵਿੱਚ ਕਿੰਨੀਆਂ ਰੁਬਾਈਆਂ ਹਨ ਤ੍ਰੇਲ ਤਪਕੇ ਦੇ ਵਿੱਚ ਕਿੰਨੀਆਂ ਰੁਬਾਈਆਂ ਹਨ ਆਪਸ਼ਨ ਕੀ ਕੀ ਹੈ ਵੇਖੋ 55 55 57 60 ਤਾਂ ਰਾਈਟ ਆਪਸ਼ਨ ਕੀ ਹੈ 57 57 ਕਿੰਨੀਆਂ ਰੁਬਾਈਆਂ ਨੇ 57 ਨੈਕਸਟ ਦੇਖੋ ਬਿੰਸ਼ਫਾਨ ਦਾ ਫੁੱਲ ਕਿਸ ਦੀ ਰਚਨਾ ਹੈ ਬਿੰਸ਼ ਬਿੰਫਸ਼ਾ ਦਾ ਫੁੱਲ ਕਿਸ ਦੀ ਰਚਨਾ ਹੈ অপਸ਼ਨ ਕਿ ਪਾਈ ਵੀਰ ਸਿੰਘ ਤਨੀਰਾਮ ਚਾਤ੍ਰਿਕ ਪੂਰਨ ਸਿੰਘ ਸੁਰਜੀਤ ਪਾਤਰ ਦਾ ਰਾਈਟ অপਸ਼ਨ ਕੀ ਹੈ ਪਾਈ ਵੀਰ ਸਿੰਘ ਜੀ ਪਾਈ ਵੀਰ ਸਿੰਘ ਜੀ ਨੈਕਸਟ ਦੇਖੋ ਪਾਈ ਵੀਰ ਸਿੰਘ ਦੀ ਮੌਤ ਕਦੋਂ ਹੋਈ ਮਤਲਬ ਉਹਨਾਂ ਦੀ ਡੈਥ ਕਦੋਂ ਹੋਈ ਤਾਂ অপਸ਼ਨ ਕੀ ਕੀ ਹੈ 1955 1956 1957 1955 ਤਾਂ ਰਾਈਟ অপਸ਼ਨ ਕੀ ਹੈ 1957 ਆ ਸਕਦਾ ਇੱਕ ਅੱਧਾ ਕੁਐਸਚਨ ਹੈ ਦਦਾ 1957 10 ਜੂਨ 1957 ਜੀ ਨੂੰ 1957 ਨੂੰ ਇਹਨਾਂ ਦੀ ਡੈਥ ਹੋਈ ਸੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜੀ ਕੁਐਸਚਨ ਹੈ ਸਮਝ ਆਈ ਹੋਣੀ ਹੈ ਚੰਗੀ ਤਰ੍ਹਾਂ ਤੇ ਇਹੋ ਜੇ ਹੋਰ ਕੁਐਸਚਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ